ਤਾਂ ਚਲਦੇ ਵਿਆਹ ਦੇ ਵਿੱਚ ਚੋਰ ਵੜ ਜਾਂਦੇ ਨੇ ਅਤੇ ਗਹਿਣਿਆਂ ਦੇ ਨਾਲ ਭਰਿਆ ਹੋਇਆ ਬੈਗ ਲੈ ਜਾਂਦੇ ਨੇ। ਤਾਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਇੱਕ ਸ਼ਖਸ ਦੇ ਹੱਥ ਅੰਦਰ ਤੁਹਾਨੂੰ ਬੈਗ ਫੜਿਆ ਹੋਇਆ ਦਿਖਾਈ ਦਿੱਤਾ ਹੋਵੇਗਾ। ਇਸ ਬੈਗ ਦੇ ਅੰਦਰ 25 ਤੋਲੇ ਸੋਨਾ ਹੈ। ਜੀ ਹਾਂ, ਕੁੜੀ ਦੇ ਮਾਪਿਆਂ ਦੇ ਵੱਲੋਂ ਤਨਖਾਹ ਤਨਖਾਹ ਜੋੜ ਕੇ ਪੈਸੇ ਇਕੱਠੇ ਕਰਕੇ 25 ਤੋਲੇ ਸੋਨਾ ਆਪਣੀ ਕੁੜੀ ਨੂੰ ਵਿਆਹ ਮੌਕੇ ਦੇਣਾ ਸੀ, ਹੋਰ ਵੀ ਕਈ ਰਸਮਾਂ ਨਿਭਾਉਣੀਆਂ ਸੀ ਇਸੇ ਸੋਨੇ ਦੇ ਨਾਲ, ਕੁੜੀ ਦੇ ਸਹੁਰੇ ਪਰਿਵਾਰ ਨੂੰ ਇਹ ਸੋਨਾ ਦੇਣਾ ਸੀ। ਪਰ ਉਸ ਤੋਂ ਪਹਿਲਾਂ, ਰਸਮਾਂ ਪੂਰੀਆਂ ਕਰਨ ਤੋਂ ਪਹਿਲਾਂ ਸੋਨੇ ਨਾਲ ਭਰਿਆ ਹੋਇਆ ਬੈਗ ਚੋਰੀ ਹੋ ਜਾਂਦਾ ਹੈ। ਅਤੇ ਜਦ ਹੋਟਲ ਦੀਆਂ ਸੀਸੀਟੀਵੀ ਤਸਵੀਰਾਂ ਖੰਗਾਲੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਇਹ ਸਾਹਮਣੇ ਆਇਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਪੂਰਥਲਾ ਦੇ ਸੁਲਤਾਨਪੁਰ ਰੋਡ 'ਤੇ ਸਥਿਤ ਇੱਕ ਹੋਟਲ ਦੀਆਂ, ਜਿੱਥੇ ਵਿਆਹ ਸਮਾਰੋਹ ਚੱਲ ਰਿਹਾ ਸੀ, ਜਿਸ ਦੇ ਦੌਰਾਨ ਦੇਖ ਸਕਦੇ ਹੋ ਲੋਕ ਖਾਣਾ ਖਾ ਰਹੇ ਨੇ, ਵਿਆਹ ਇੰਜੋਏ ਕਰ ਰਹੇ ਨੇ। ਤਾਂ ਚੋਰ ਵੜ ਜਾਂਦੇ ਨੇ, ਚੋਰ ਸੂਟ ਬੂਟ ਪਾ ਕੇ ਵੜਦੇ ਨੇ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਲੋਕਾਂ ਦੇ ਵਿੱਚ ਪਿਆ ਹੋਇਆ, ਇਹਨਾਂ ਰਿਸ਼ਤੇਦਾਰਾਂ ਦੇ ਵਿੱਚ ਪਿਆ ਹੋਇਆ ਇਹ 25 ਤੋਲੇ ਦੇ ਸੋਨੇ ਦੇ ਗਹਿਣਿਆਂ ਦਾ ਬੈਗ ਇੰਜ ਚੋਰੀ ਕਰਦੇ ਨੇ ਚਲਾਕੀ ਦੇ ਨਾਲ ਕਿ ਕਿਸੇ ਨੂੰ ਕੰਨੋ ਕੰਨ ਖਬਰ ਵੀ ਨਹੀਂ ਹੁੰਦੀ। ਬਾਅਦ ਦੇ ਵਿੱਚ ਜਦ ਸੀਸੀਟੀਵੀ ਖੰਗਾਲੇ ਜਾਂਦੇ ਨੇ, ਉਹਨਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਚੋਰਾਂ ਦੇ ਵੱਲੋਂ 25 ਤੋਲੇ ਸੋਨੇ 'ਤੇ ਹੱਥ ਸਾਫ਼ ਕਰ ਲਿਆ ਗਿਆ ਹੈ। ਸੂਟ ਬੂਟ ਪਾ ਕੇ ਇਹ ਚੋਰ ਆਉਂਦੇ ਨੇ ਤਾਂ 25 ਤੋਲੇ ਸੋਨੇ 'ਤੇ ਹੱਥ ਸਾਫ਼ ਕਰ ਗਏ ਨੇ ਚੋਰ। ਤਾਂ ਦੱਸ ਦਈਏ ਕਿ ਇਹ ਸਾਰੇ ਚੋਰ ਬਿਨਾਂ ਨੰਬਰ ਵਾਲੇ ਆਟੋ 'ਤੇ ਆਏ ਸੀ, ਨੰਬਰ ਪਲੇਟ ਨਹੀਂ ਸੀ ਉਸ 'ਤੇ, ਸੂਟ ਬੂਟ ਪਹਿਣ ਕੇ ਆਏ ਸੀ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫੇਰਿਆਂ ਤੋਂ ਪਹਿਲਾਂ ਜਿਹੜਾ ਬੈਗ ਚੋਰੀ ਹੋਇਆ ਹੈ ਉਸ ਨੂੰ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਟੇਬਲ ਦੇ ਉੱਤੇ, ਹਾਲ ਦੇ ਟੇਬਲ 'ਤੇ ਬੈਗ ਰੱਖਿਆ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ। ਇਸ ਬੈਗ ਦੇ ਅੰਦਰ 3 ਸੋਨੇ ਦੇ ਸੈੱਟ, 1 ਚੇਨ, 1 ਮੰਗਲ ਸੂਤਰ ਅਤੇ 2 ਅੰਗੂਠੀਆਂ ਸਨ। ਅਤੇ ਕੁੱਲ ਮਿਲਾ ਕੇ 25 ਤੋਲੇ ਸੋਨਾ ਸੀ ਜਿਹੜਾ ਕਿ ਚੱਲਦੇ ਵਿਆਹ ਸਮਾਗਮ ਦੇ ਵਿੱਚ ਸੈਂਕੜਿਆਂ ਦੀ ਭੀੜ ਸਾਹਮਣੇ ਚੋਰੀ ਕਰਕੇ ਲੈ ਜਾਂਦੇ ਨੇ ਚੋਰ। ਤਾਂ ਚੱਲਦੇ ਵਿਆਹ ਦੇ ਵਿੱਚ ਚੋਰ ਵੜ ਜਾਂਦੇ ਨੇ ਅਤੇ ਗਹਿਣਿਆਂ ਦੇ ਨਾਲ ਭਰਿਆ ਹੋਇਆ ਬੈਗ ਲੈ ਜਾਂਦੇ ਨੇ। ਤਾਂ ਦੇਖ ਸਕਦੇ ਹੋ ਸੀਸੀਟੀਵੀ ਤਸਵੀਰਾਂ ਦੇ ਵਿੱਚ ਇੱਕ ਸ਼ਖਸ ਦੇ ਹੱਥ ਅੰਦਰ ਤੁਹਾਨੂੰ ਬੈਗ ਫੜਿਆ ਹੋਇਆ ਦਿਖਾਈ ਦਿੱਤਾ ਹੋਵੇਗਾ। ਇਸ ਬੈਗ ਦੇ ਅੰਦਰ 25 ਤੋਲੇ ਸੋਨਾ ਹੈ। ਜੀ ਹਾਂ, ਕੁੜੀ ਦੇ ਮਾਪਿਆਂ ਦੇ ਵੱਲੋਂ ਤਨਖਾਹ ਤਨਖਾਹ ਜੋੜ ਕੇ ਪੈਸੇ ਇਕੱਠੇ ਕਰਕੇ 25 ਤੋਲੇ ਸੋਨਾ ਆਪਣੀ ਕੁੜੀ ਨੂੰ ਵਿਆਹ ਮੌਕੇ ਦੇਣਾ ਸੀ, ਹੋਰ ਵੀ ਕਈ ਰਸਮਾਂ ਨਿਭਾਉਣੀਆਂ ਸੀ ਇਸੇ ਸੋਨੇ ਦੇ ਨਾਲ, ਕੁੜੀ ਦੇ ਸਹੁਰੇ ਪਰਿਵਾਰ ਨੂੰ ਇਹ ਸੋਨਾ ਦੇਣਾ ਸੀ। ਪਰ ਉਸ ਤੋਂ ਪਹਿਲਾਂ, ਰਸਮਾਂ ਪੂਰੀਆਂ ਕਰਨ ਤੋਂ ਪਹਿਲਾਂ ਸੋਨੇ ਨਾਲ ਭਰਿਆ ਹੋਇਆ ਬੈਗ ਚੋਰੀ ਹੋ ਜਾਂਦਾ ਹੈ। ਅਤੇ ਜਦ ਹੋਟਲ ਦੀਆਂ ਸੀਸੀਟੀਵੀ ਤਸਵੀਰਾਂ ਖੰਗਾਲੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਇਹ ਸਾਹਮਣੇ ਆਇਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਪੂਰਥਲਾ ਦੇ ਸੁਲਤਾਨਪੁਰ ਰੋਡ 'ਤੇ ਸਥਿਤ ਇੱਕ ਹੋਟਲ ਦੀਆਂ, ਜਿੱਥੇ ਵਿਆਹ ਸਮਾਰੋਹ ਚੱਲ ਰਿਹਾ ਸੀ, ਜਿਸ ਦੇ ਦੌਰਾਨ ਦੇਖ ਸਕਦੇ ਹੋ ਲੋਕ ਖਾਣਾ ਖਾ ਰਹੇ ਨੇ, ਵਿਆਹ ਇੰਜੋਏ ਕਰ ਰਹੇ ਨੇ। ਤਾਂ ਚੋਰ ਵੜ ਜਾਂਦੇ ਨੇ, ਚੋਰ ਸੂਟ ਬੂਟ ਪਾ ਕੇ ਵੜਦੇ ਨੇ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਲੋਕਾਂ ਦੇ ਵਿੱਚ ਪਿਆ ਹੋਇਆ, ਇਹਨਾਂ ਰਿਸ਼ਤੇਦਾਰਾਂ ਦੇ ਵਿੱਚ ਪਿਆ ਹੋਇਆ ਇਹ 25 ਤੋਲੇ ਦੇ ਸੋਨੇ ਦੇ ਗਹਿਣਿਆਂ ਦਾ ਬੈਗ ਇੰਜ ਚੋਰੀ ਕਰਦੇ ਨੇ ਚਲਾਕੀ ਦੇ ਨਾਲ ਕਿ ਕਿਸੇ ਨੂੰ ਕੰਨੋ ਕੰਨ ਖਬਰ ਵੀ ਨਹੀਂ ਹੁੰਦੀ। ਬਾਅਦ ਦੇ ਵਿੱਚ ਜਦ ਸੀਸੀਟੀਵੀ ਖੰਗਾਲੇ ਜਾਂਦੇ ਨੇ, ਉਹਨਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਚੋਰਾਂ ਦੇ ਵੱਲੋਂ 25 ਤੋਲੇ ਸੋਨੇ 'ਤੇ ਹੱਥ ਸਾਫ਼ ਕਰ ਲਿਆ ਗਿਆ ਹੈ। ਸੂਟ ਬੂਟ ਪਾ ਕੇ ਇਹ ਚੋਰ ਆਉਂਦੇ ਨੇ ਤਾਂ 25 ਤੋਲੇ ਸੋਨੇ 'ਤੇ ਹੱਥ ਸਾਫ਼ ਕਰ ਗਏ ਨੇ ਚੋਰ। ਤਾਂ ਦੱਸ ਦਈਏ ਕਿ ਇਹ ਸਾਰੇ ਚੋਰ ਬਿਨਾਂ ਨੰਬਰ ਵਾਲੇ ਆਟੋ 'ਤੇ ਆਏ ਸੀ, ਨੰਬਰ ਪਲੇਟ ਨਹੀਂ ਸੀ ਉਸ 'ਤੇ, ਸੂਟ ਬੂਟ ਪਹਿਣ ਕੇ ਆਏ ਸੀ। ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ
ਫੇਰਿਆਂ ਤੋਂ ਪਹਿਲਾਂ ਜਿਹੜਾ ਬੈਗ ਚੋਰੀ ਹੋਇਆ ਹੈ ਉਸ ਨੂੰ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਟੇਬਲ ਦੇ ਉੱਤੇ, ਹਾਲ ਦੇ ਟੇਬਲ 'ਤੇ ਬੈਗ ਰੱਖਿਆ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ। ਇਸ ਬੈਗ ਦੇ ਅੰਦਰ 3 ਸੋਨੇ ਦੇ ਸੈੱਟ, 1 ਚੇਨ, 1 ਮੰਗਲ ਸੂਤਰ ਅਤੇ 2 ਅੰਗੂਠੀਆਂ ਸਨ ਅਤੇ ਕੁੱਲ ਮਿਲਾ ਕੇ 25 ਤੋਲੇ ਸੋਨਾ ਸੀ, ਜਿਹੜਾ ਕਿ ਚੱਲਦੇ ਵਿਆਹ ਸਮਾਗਮ ਦੇ ਵਿੱਚ ਸੈਂਕੜਿਆਂ ਦੀ ਭੀੜ ਸਾਹਮਣੇ ਚੋਰੀ ਕਰਕੇ ਲੈ ਜਾਂਦੇ ਨੇ ਚੋਰ।